ਦਰਸ਼ਕੋ, ਇਹ ਤਸਵੀਰਾਂ ਹਨ ਕਾਲੀਧਾਰ ਚੌਕੀ ਚੋਰਾ ਦੀਆਂ, ਜਿੱਥੇ ਕਿ ਤਕਰੀਬਨ ਇੱਕ ਡੇਢ ਘੰਟਾ ਪਹਿਲੇ ਸੜਕਾਂ 'ਚ ਪੱਸੀ ਪਈ ਗਈ, ਜਿਹਦੇ ਕਾਰਨ ਗੱਡੀਆਂ ਤੰਗੀ ਕੰਨੇ ਨਿਕਲਿਆ ਤਾਂ ਕਰਦੀਆਂ ਨਾ, ਬੱਸਾਂ ਵੀ ਜਾਇਆ ਕਰਦੀਆਂ, ਟਰੱਕ ਵੀ, ਪਰ ਕੁਝ ਐਸੀਆਂ ਵੱਡੀਆਂ ਲੋਡ ਗੱਡੀਆਂ ਨਾ ਜਿਹੜੇ 10-12 ਚੱਕੀ ਟਰਾਲੇ ਹਨ, ਟਰੱਕ ਹਨ, ਉਹਨੇਗੀ ਇੱਥੋਂ ਕ੍ਰਾਸ ਕਰਨਾ ਹੋਰ ਵੀ ਮੁਸ਼ਕਲ ਹੋਇਆ ਕਰਦਾ ਹੈ। ਪ੍ਰਸ਼ਾਸਨ ਕੰਨੇ ਅਪੀਲ ਕੀਤੀ ਜਾਂਦੀ ਹੈ ਕਿ ਜਲਦ ਇਸ ਰਸਤੇ ਕੀ ਕਲੀਅਰ ਕੀਤਾ ਜਾਏ, ਤਾਂ ਜੇ ਆਉਣੇ ਜਾਣੇ 'ਚ ਗੱਡੀਆਂ ਕੀ ਕੋਈ ਪਰੇਸ਼ਾਨੀ ਨਹੀਂ ਹੋਵੇ। ਕਿਵੇਂ ਜੇ ਤੁਸੀਂ ਤਸਵੀਰਾਂ 'ਚ ਦੇਖਿਆ ਕਰਦੇ ਹੋ, ਪੂਰੀ ਪਹਾੜੀ ਗੈ ਉੱਪਰਾਂ ਫੈਲਾਈ ਗਈ ਹੈ, ਬਰਸਾਤ ਦਾ ਮਹੀਨਾ ਹੈ, ਜਿਹਦੇ ਕਾਰਨ ਮੂਸਲਾਧਾਰ ਵਰਖਾ ਹੁੰਦੀ ਰਹਿੰਦੀ ਹੈ, ਜਿਹਦਾ ਪਾਣੀ ਇਹਦੇ ਵਿੱਚ ਪਹਾੜਾਂ ਦੇ ਵਿੱਚ ਚਲੇ ਜਾਂਦਾ ਹੈ, ਜਿਹਦੇ ਕੰਨੇ ਪੱਸੀਆਂ ਪੋਣੇ ਦਾ ਡਰ ਹੁੰਦਾ ਹੈ। ਪਰ ਅੱਜ ਇਹ ਪੱਸੀ ਪੈ ਗਈ, ਜਿਹਦੇ ਕੰਨੇ ਰੋਡ ਬਲਾਕ ਹੋ ਗਈ, ਬਾਕੀ ਹੋਰ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ। ਕਿਵੇਂ ਜਿਵੇਂ ਪੱਸੀ ਪੋਣੇ ਦੇ ਬਾਅਦ ਇਹ ਪਹਾੜੀਆਂ ਕਿਸੇ ਗੱਡੀ ਦੀ ਨੁਕਸਾਨ ਵੀ ਦੇ ਸਕਦੀਆਂ ਹੀ ਆ, ਪਰ ਇਹਦੇ ਕੰਨੇ ਨੁਕਸਾਨ ਤਾਂ ਕੋਈ ਨਹੀਂ ਹੋਇਆ, ਪਰ ਥੋੜ੍ਹਾ ਗੱਡੀਆਂ ਦੀ ਆਵਾਜਾਈ 'ਚ ਉਹਨੇਗੀ ਦਿੱਕਤ ਹੋਇਆ ਕਰਦੀ ਹੈ। ਟਰੱਕ ਚਾਲਕਾਂ ਅਪੀਲ ਕੀਤੀ ਹੈ ਕਿ ਜਲਦ ਪ੍ਰਸ਼ਾਸਨ ਦੀ ਟੀਮ ਮੌਕੇ ਉੱਪਰ ਆਪਣੀਆਂ ਗੱਡੀਆਂ ਭੇਜੀਏ ਅਤੇ ਇਸ ਰੋਡ ਕੀ ਕਲੀਅਰ ਕਰਨ, ਤਾਂ ਜੇ ਕਈ ਟਰੱਕਾਂ ਕੀ ਇੱਥੋਂ ਨਿਕਲਣਾ ਬੜਾ ਕੁ ਮੁਸ਼ਕਲ ਹੋਇਆ ਕਰਦਾ ਹੈ। ਦਰਸ਼ਕੋ, ਇਹ ਤਸਵੀਰਾਂ ਤੁਸੀਂ ਦੇਖਿਆ ਕਰਦੇ ਹੋ, ਛੋਟੀਆਂ ਗੱਡੀਆਂ ਈਵਨ ਕਿ ਬੱਸਾਂ ਅਤੇ ਕੁਛ ਟਰੱਕ ਵੀ ਜਾ ਕਰਦੇ ਨੇ, ਪਰ ਬੜੀਆਂ ਗੱਡੀਆਂ ਲੋਡ ਕੈਰੀਅਰ ਕੀ ਬੜਾ ਮੁਸ਼ਕਲ ਹੋਇਆ ਕਰਦਾ ਹੈ। ਦਰਸ਼ਕੋ, ਇਹ ਤਸਵੀਰਾਂ ਚੌਕੀ ਚੋਰਾ ਦੀਆਂ ਨੇ, ਤੁਸੀਂ